ਜੇ ਮੇਰਾ ਬੇਟਾ ਹੁੰਦਾ ਤੇ ਮੈਂ ਅੱਜ ਮੈਨੂੰ ਇੱਥੇ ਮਿਹਨਤ ਨਾ ਕਰਨੀ ਪੈਂਦੀ। ਅੱਜ ਮੇਰੀ ਜਗ੍ਹਾ ਉਹ ਖੜਾ ਹੁੰਦਾ ਇੱਥੇ। ਤੁਹਾਡੇ ਬੇਟੇ ਦੀ ਬੇਟੇ ਦਾ ਕੀ ਨਾਂ ਸੀ? ਤੁਹਾਡੇ ਬੇਟੇ ਨੂੰ ਹੋਇਆ ਕੀ ਸੀ? ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੀ ਕੀ ਨਾਂ ਸੀ ਬੇਟੇ ਦਾ? ਮੇਰੇ ਬੇਟੇ ਦਾ ਨਾਂ ਵਿਸ਼ਾਲ ਸੀ। ਉਹ 18 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ। ਹਾਂਜੀ। ਮਜਬੂਰੀ ਕੀ ਹੈ ਇਹ ਦੱਸੋ ਵੀ, ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ, ਅਤੇ ਅਜਿਹੀ ਕੀ ਮਜਬੂਰੀ ਪੈ ਗਈ ਤੁਹਾਨੂੰ ਖੁਦ ਕੰਮ ਕਰਨਾ ਪੈਣ ਰਿਹਾ? ਸਵੇਰੇ ਮੈਂ 11 ਵਜੇ ਆ ਜਾਂਦੀ ਹਾਂ, 4 ਵਜੇ ਤੱਕ ਹੁੰਦੀ ਹਾਂ। ਗਾਹਕ ਇਹੀ ਆ, ਮੰਦਾ ਹੀ ਹੈਗਾ ਜੇ। ਹਾਂਜੀ। ਸਾਰਾ 200 ਰੁਪਇਆ ਵੱਟਿਆ ਜੇ ਸਵੇਰ ਦੀ, 11 ਵਜੇ ਦੀ ਆਈ ਜੇ, 4 ਵੱਜਣ ਲੱਗੇ ਆ। ਹੁਣ ਜਦੋਂ ਵੀ ਕਿਤੇ ਇੱਥੇ ਇਕੱਲਿਆਂ ਬੈਠੇ ਹੁੰਦੇ ਨੇ ਤੇ ਫਿਰ ਮਨ ਕਿੰਨੀ ਕੁ ਉਦਾਸ ਹੁੰਦਾ, ਜਦੋਂ ਨਹੀਂ ਸੀ ਗਾਹਕ ਆਉਂਦਾ, ਜਾਂ ਉਸ ਟਾਈਮ 'ਤੇ ਫਿਰ ਵਿਸ਼ਾਲ ਦੀ ਕਿੰਨੀ ਕੁ ਯਾਦ ਆਉਂਦੀ ਹੈ? ਹੁਣ ਕੀ ਕਰ ਸਕਦੇ ਹਾਂ, ਰੱਬ ਦੀ ਮਰਜ਼ੀ ਅੱਗੇ ਅਸੀਂ ਕੁਛ ਨਹੀਂ ਕਰ ਸਕਦੇ। ਹਾਂਜੀ। ਚਾਹ ਜਿਹੜੇ ਸੀ ਸਾਰੇ ਵਿੱਚੇ ਰਹਿ ਗਏ ਆ, ਬੱਚੇ ਦੇ ਜਾਣ ਕਰਕੇ ਅਸੀਂ ਹੁਣ ਰੱਬ ਦੇ ਅੱਗੇ। ਹਾਂਜੀ। ਯਾਦ ਤਾਂ ਬਹੁਤ ਆਉਂਦੀ ਹੈ। ਦੀਵਾਲੀ ਵਾਲੇ ਦਿਨ ਪੂਰਾ ਹੋਇਆ, ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੂਰਾ ਹੋਇਆ ਸੀ ਸਾਡਾ ਬੱਚਾ। ਬਸ ਜਦੋਂ ਦੀਵਾਲੀ ਆਉਂਦੀ ਹੈ ਸਾਡੇ ਵਾਸਤੇ ਤਾਂ ਹਨੇਰਾ ਹੀ ਆ। ਲੋਕਾਂ ਦੇ ਘਰਾਂ 'ਚ ਦੀਵਾਲੀ ਹੁੰਦੀ ਆ, ਸਾਡੇ ਵਾਸਤੇ ਤਾਂ ਹਨੇਰਾ ਹੀ ਆ। ਬੜੀਆਂ ਮਾਂ ਨੂੰ ਆਸਾਂ ਹੁੰਦੀਆਂ ਨੇ ਕਿ ਪੁੱਤ ਦਾ ਵਿਆਹ ਕਰਾਂਗੇ, ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਮਾਂ ਜਿਹੜੀ ਪੀਊਗੀ, ਕਿਉਂਕਿ ਹਰ ਇੱਕ ਮਾਂ ਨੂੰ ਇਹ ਆਸ ਹੁੰਦੀ ਆ ਵੀ ਉਸਦੇ ਪੁੱਤ ਦਾ ਸਿਰਾ ਲਾ ਕੇ ਉਹਨੂੰ ਜਿਹੜਾ ਕਿ ਵਿਆਹ ਕੀਤਾ ਜਾਵੇ, ਜਾਂ ਸਿਰਾ ਲਾ ਕੇ ਉਹਦਾ ਪੁੱਤ ਘੋੜੀ ਚੜੇ। ਤੁਹਾਨੂੰ ਬੜੀਆਂ ਆਸਾਂ ਹੋਣਗੀਆਂ ਪੁੱਤ ਤੋਂ? ਹਾਂਜੀ। ਗੁਜ਼ਾਰਾ ਤਾਂ ਨਹੀਂ ਆ, ਹੁਣ ਕੀ ਕਰ ਸਕਦੇ ਹਾਂ। ਮਹਾਰਾਜ ਨੇ ਜਿੰਨਾ ਕੁ ਦੇਣਾ ਉਨਾ ਕੀ ਦੇਣਾ ਵਾ। ਹਾਂਜੀ। ਗੁਜ਼ਾਰਾ ਤਾਂ ਨਹੀਂ ਆ। ਚਲੋ ਅਸੀਂ ਇਹੀ ਕਹਿੰਦੇ ਹਾਂ ਵੀ ਚਲੋ ਸਾਡੀ ਆ ਕੰਮ ਚੱਲੇ, ਮਤਲਬ ਅਸੀਂ ਮਿਹਨਤ ਕਰਨ ਆਉਂਦੇ ਹਾਂ, ਸਾਨੂੰ ਮਿਹਨਤ ਦਾ ਫਲ ਮਿਲੇ। ਮੈਂ ਕਹਿਣਾ ਚਾਹਾਂਗੇ ਬਹੁਤ ਵਧੀਆ ਗੱਲ ਆ ਵੀ ਮਤਲਬ ਹੁਣ ਮਿਹਨਤ ਇੰਨੀ ਵਿਚਾਰੀ ਕਰਦੀ ਆ, ਸਵੇਰ ਤੋਂ ਆਣ ਕੇ ਸਵੇਰੇ ਤੜਕੇ ਉੱਠ ਕੇ ਸਾਰੇ ਛੋਲੇ ਛੋਲੇ ਤਿਆਰ ਤਿਉਰ ਕਰਕੇ ਫਿਰ ਲਿਆ ਕੇ ਅਤੇ ਮਤਲਬ ਵੇਚਣੇ, ਇਹ ਬਹੁਤ ਵੱਡੀ ਮਤਲਬ ਗੱਲ ਹੈਗੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ, ਕੋਟ ਮਿਸ ਸਿੰਘ ਦੀਆਂ, ਜਿੱਥੇ ਕਿ ਇੱਕ ਰਜਨੀ ਨਾਂ ਦੀ ਇੱਕ ਔਰਤ ਜਿਸ ਵੱਲੋਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਇਹ ਜਿਹੜੀ ਸਾਡੀ ਭੈਣ ਰਜਨੀ ਜਿਹਦਾ ਨਾਂ ਆ, ਇਹ ਭੁੱਜਾ ਕੁਲਚਾ, ਮੱਠੀ ਛੋਲੇ ਅਤੇ ਚੋਲ ਛੋਲਿਆਂ ਦਾ ਜਿਹੜਾ ਕੰਮ ਕਰਦੀ ਆ ਰਹੀ ਆ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਹਨਾਂ ਵੱਲੋਂ ਜਿਹੜੀ ਕਿ ਮਿਹਨਤ ਕੀਤੀ ਜਾ ਰਹੀ ਆ।
ਤੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਪੁੱਛਾਂਗੇ ਅਜਿਹੀ ਕੀ ਮਜਬੂਰੀ ਪੈ ਗਈ ਵੀ ਇਹਨਾਂ ਨੂੰ ਖੁਦ ਜਿਹੜਾ ਕੰਮ ਕਰਨਾ ਪੈਂਦਾ। ਤੁਸੀਂ ਦੇਖ ਸਕਦੇ ਹੋ ਵੀ ਇਹ ਸਵੇਰੇ ਆਉਂਦੇ ਨੇ ਅਤੇ ਸ਼ਾਮ ਨੂੰ ਜਿਹੜਾ ਕਿ ਵਾਪਸ ਚਲੇ ਜਾਂਦੇ ਨੇ, ਅਤੇ ਕੰਮ ਕਾਰ ਜਿਹੜਾ ਵਾ ਪੁੱਛਦੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ, ਗੱਲਬਾਤ ਕਰਾਂਗੇ। ਹਾਂਜੀ ਭੈਣ ਜੀ, ਮੈਨੂੰ ਦੱਸੋ ਵੀ ਕਿੰਨੇ ਸਮੇਂ ਦਾ ਤੁਸੀਂ ਇਹ ਕੰਮ ਕਰਦੇ ਆ ਰਹੇ ਹੋ? ਹਾਂਜੀ 2 ਮਹੀਨੇ ਹੋਏ ਆ ਜੀ ਕੰਮ ਸ਼ੁਰੂ ਕੀਤਿਆਂ ਨੂੰ, ਅਤੇ ਮਤਲਬ ਇੰਨਾ ਕੰਮ ਗੁੰਮ ਨਹੀਂ ਚੱਲਦਾ ਪਿਆ ਇੱਥੇ। ਹਾਂਜੀ ਮਜਬੂਰੀ ਕੀ ਆ, ਇਹ ਦੱਸੋ ਵੀ ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ, ਅਤੇ ਅਜਿਹੀ ਕੀ ਮਜਬੂਰੀ ਪੈ ਗਈ ਤੁਹਾਨੂੰ ਖੁਦ ਕੰਮ ਕਰਨਾ ਪੈਣ ਰਿਹਾ ਇੱਥੇ ਤੁਸੀਂ? ਮਜਬੂਰੀ ਇਹੀ ਆ, 3 ਬੇਟੀਆਂ ਨੇ ਸ਼ਾਦੀ ਕਰ ਦਿੱਤੀ ਉਹਨਾਂ ਦੀ, ਮੈਂ ਅਤੇ ਮੇਰੇ ਹਸਬੈਂਡ ਹੈਗੇ ਨੇ, ਅਤੇ ਮਤਲਬ ਕੀ ਨਾਲੀ ਦਾ ਜੋ ਮਤਲਬ ਇਹੀ ਧੀਆਂ ਨੂੰ ਵੀ ਕੁਛ ਕਰਨਾ ਵਾ ਦੇਣਾ ਵਾ, ਬੇਟਾ ਹੈ ਨਹੀਂ ਗਾ ਸਾਡਾ। ਹਾਂਜੀ ਇਸ ਕਰਕੇ ਫਿਰ ਮਤਲਬ ਆਪ ਅਤੇ ਮੈਂ ਅਤੇ ਮਿਹਨਤ ਕਰਦੇ ਹਾਂ। ਤੁਹਾਡੇ ਜਿਹੜੇ ਘਰ ਵਾਲੇ ਨੇ, ਤੁਹਾਡਾ ਹਸਬੈਂਡ ਨੇ, ਉਹ ਕੀ ਕੰਮ ਕਰਦੇ ਨੇ, ਅਤੇ ਜਿਹੜੀਆਂ ਤੁਸੀਂ ਦੱਸਿਆ ਵੀ ਤੁਹਾਡੀਆਂ 3 ਧੀਆਂ ਸੀ, ਹੈ ਨਾ, ਉਹਨਾਂ 'ਚੋਂ 2 ਧੀਆਂ ਵਿਆਹ ਦਿੱਤੀਆਂ ਵਾ, 1 ਧੀ ਦੱਸਿਆ ਘਰ ਵਾਪਸ ਆ ਗਈ ਆ, ਅਤੇ ਮੈਨੂੰ ਦੱਸੋ ਵੀ ਜਿਹੜੀ ਧੀਆਂ ਵਿਆਹੀਆਂ ਵਾ ਇਸੇ ਮਿਹਨਤ ਦੀ ਕਮਾਈ 'ਚ ਵਿਆਹੀਆਂ ਵਾ, ਜਿਹੜੇ ਚੋਲ ਛੋਲੇ ਵੇਚ ਕੇ? ਹਾਂਜੀ ਇਸੇ 'ਚ ਵਿਆਹੀਆਂ ਜੀ। ਹਾਂਜੀ ਅਤੇ ਮੈਨੂੰ ਦੱਸੋ ਵੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ? ਸਵੇਰੇ ਮੈਂ 11 ਵਜੇ ਆ ਜਾਂਦੀ ਹਾਂ, 4 ਵਜੇ ਤੱਕ ਹੁੰਦੀ ਹਾਂ। ਹਾਂਜੀ ਅਤੇ ਅਸੀਂ ਦੇਖਿਆ ਬੜੀ ਠੰਡ ਵੀ ਪੈ ਰਹੀ ਆ, ਤੁਸੀਂ ਇਕੱਲੇ ਬੈਠੇ ਹੋ, ਗਾਹਕ ਕਿੰਨੇ ਆਉਂਦੇ ਆ? ਹੁਣ ਸਵੇਰ ਦੇ ਇਸ ਟਾਈਮ 4 ਵਜੇ ਚੱਲੇ ਨੇ, ਅਤੇ ਇਸ ਵੀ ਹੁਣ ਤਾਂ ਗਾਹਕ ਆਇਆ ਕਿ ਨਹੀਂ ਆਇਆ? ਤੁਸੀਂ ਬੋਰਡਿੰਗ ਕੀਤੀ ਨਹੀਂ ਕੀਤੀ? ਗਾਹਕ ਇਹੀ ਆ, ਮੰਦਾ ਹੀ ਹੈਗਾ ਜੇ। ਹਾਂਜੀ ਸਾਰਾ 200 ਰੁਪਈਆ ਵੱਟਿਆ ਜੇ ਸਵੇਰ ਦੀ, 11 ਵਜੇ ਦੀ ਆਈ ਜੇ, 4 ਵਜਣ ਲੱਗੇ ਆ, ਗਾਹਕ ਹੈ ਨਹੀਂ ਗਾ ਇੱਥੇ। ਹਾਂਜੀ ਦੱਸੋ ਵੀ ਸਵੇਰ ਦੀ ਕੀ ਪ੍ਰਕਿਰਿਆ ਆਉਂਦੀ ਹੈ, ਸਵੇਰੇ ਕਿੰਨੇ ਵਜੇ ਉੱਠਦੇ ਹੋ, ਅਤੇ ਸਵੇਰੇ ਕਿੰਨੇ ਵਜੇ ਚਣੇ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਹੋ, ਅਤੇ ਇਹ ਦੱਸੋ ਵੀ ਮਿਹਨਤ ਕਿੰਨੀ ਕਰਨੀ ਪੈਂਦੀ ਤੁਹਾਡੇ ਕੰਮ ਜਿਸ ਵਿੱਚ? ਹਾਂਜੀ ਸਵੇਰੇ ਹੀ 5 ਵਜੇ ਉੱਠ ਜਾਈਦਾ, ਮੇਰੇ ਹਸਬੈਂਡ, ਮੈਂ, ਉਹ ਵੀ ਮੈਂ ਕੀ ਨਾਲ ਦਾ ਆਪਣਾ ਕੰਮ ਕਰਨ ਲੱਗ ਪੈਂਦੇ ਆ, ਮੈਂ ਵੀ ਘਰ ਦਾ ਵੀ ਕਰਦੀ ਹਾਂ, ਉਹਨਾਂ ਦੇ ਨਾਲ ਵੀ ਕੰਮ ਕਰਦੀ ਹਾਂ। ਹਾਂਜੀ ਜਿਹੜੀ ਗੱਲ ਕਰੀਏ ਤੁਹਾਡੇ ਬੇਟੇ ਦੀ, ਬੇਟੇ ਦਾ ਕੀ ਨਾਂ ਸੀ, ਤੁਹਾਡੇ ਬੇਟੇ ਨੂੰ ਹੋਇਆ ਕੀ ਸੀ, ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੀ ਕੀ ਨਾਂ ਸੀ ਬੇਟੇ ਦਾ? ਮੇਰੇ ਬੇਟੇ ਦਾ ਨਾਂ ਵਿਸ਼ਾਲ ਸੀ, ਉਹ 18 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ। ਹਾਂਜੀ ਕੀ ਲੱਗਦਾ ਨਹੀਂ ਵੀ ਜੇਕਰ ਅੱਜ ਵਿਸ਼ਾਲ ਹੁੰਦਾ, ਜਿੱਦਾਂ ਹੁੰਦਾ ਤੁਹਾਡੇ ਨਾਲ ਹੁੰਦਾ, ਅਤੇ ਤੁਹਾਨੂੰ ਇਸ ਤਰ੍ਹਾਂ ਮਿਹਨਤ ਨਾ ਕਰਨੀ ਪੈਂਦੀ, ਘਰ ਬਹਿ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪੈਂਦਾ, ਘਰ ਧੀਆਂ ਦਾ ਵੀ ਧਿਆਨ ਰੱਖਣਾ ਪੈਂਦਾ? ਹਾਂਜੀ ਇਹ ਤਾਂ ਗੱਲ ਹੈਗਾ ਹੀ ਹੈ, ਜੇ ਮੇਰਾ ਬੇਟਾ ਹੁੰਦਾ ਤਾਂ ਮੈਂ ਅੱਜ ਮੈਨੂੰ ਇੱਥੇ ਮਿਹਨਤ ਨਾ ਕਰਨੀ ਪੈਂਦੀ, ਅੱਜ ਮੇਰੀ ਜਗ੍ਹਾ ਉਹ ਖੜਾ ਹੁੰਦਾ ਇੱਥੇ। ਤੁਸੀਂ ਦੇਖ ਸਕਦੇ ਹੋ ਵੀ ਬੇਟੇ ਦੇ ਨਾਂ ਉੱਤੇ ਪੈਣ ਦੇ ਅੱਖਾਂ ਜਿਹੜੀਆਂ ਨਰਮ ਹੋ ਚੁੱਕੀਆਂ ਨੇ, ਕਿਉਂਕਿ ਬੇਟੇ ਜਿਹੜੇ ਹੁੰਦੇ ਨੇ ਹਮੇਸ਼ਾ ਹੀ ਮਾਂ ਬਾਪ ਦਾ ਸਹਾਰਾ ਬਣਦੇ ਨੇ, ਜਿੱਥੇ ਧੀਆਂ ਬਣਦੀਆਂ ਨੇ ਉੱਥੇ ਬੇਟੇ ਵੀ ਕਿਤੇ ਕਿਤੇ ਸਹਾਰਾ ਬਣਦੇ ਨੇ, ਅਤੇ ਤੁਸੀਂ ਦੇਖ ਸਕਦੇ ਵੀ ਇਹ ਜਿਹੜੀ ਉਮਰ ਆ ਆਂਟੀ ਜੀ ਦੀ ਘਰ ਬਹਿ ਕੇ ਖਾਣ ਵਾਲੀ ਆ, ਪਰ ਬੇਟਾ ਨਾ ਹੋਣ ਕਰਕੇ ਜਾਂ ਬੇਟਾ ਦੁਨੀਆ ਤੋਂ ਚਲੇ ਜਾਣ ਕਰਕੇ ਅੱਜ ਉਹਨਾਂ ਨੂੰ ਜਿਹੜਾ ਕਿ ਖੁਦ ਮਿਹਨਤ ਕਰਨੀ ਪੈਂਦੀ ਆ। ਤੁਸੀਂ ਦੇਖ ਸਕਦੇ ਇੰਨੀ ਠੰਡ ਆ, ਠੰਡ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੂੰ ਇੱਥੇ ਕੰਮ ਕਰਨਾ ਪੈਂਦਾ। ਮੈਨੂੰ ਦੱਸੋ ਵੀ ਜਦੋਂ ਬੇਟਾ ਵਿਸ਼ਾਲ ਹੋਇਆ ਸੀ ਕਿੰਨੀਆਂ ਕੁ ਰੀਝਾਂ ਸੀ, ਕਿੰਨੀਆਂ ਕੁ ਕਹਿ ਲਓ ਸੋਚਦੇ ਵੀ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ, ਕਿੰਨਾ ਕੁ ਚਾਅ ਸੀ ਭੈਣਾਂ ਨੂੰ? ਚਾਅ ਤਾਂ ਵਾਧੂ ਸੀ, ਹੁਣ ਕੀ ਕਰ ਸਕਦੇ ਹਾਂ, ਰੱਬ ਦੀ ਮਰਜ਼ੀ ਅੱਗੇ ਅਸੀਂ ਕੁਛ ਨਹੀਂ ਕਰ ਸਕਦੇ। ਹਾਂਜੀ ਚਾਅ ਜਿਹੜੇ ਸੀ ਸਾਰੇ ਵਿੱਚੇ ਰਹਿ ਗਏ ਆ ਬੱਚੇ ਦੇ ਜਾਣ ਕਰਕੇ, ਇਹ ਹੁਣ ਰੱਬ ਦੇ ਮਰਜ਼ੀ ਅੱਗੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣ ਦੇ ਅੱਖਾਂ 'ਚ ਅੱਥਰੂ ਆਏ ਜਾਂਦੇ ਨੇ, ਕਿਉਂਕਿ ਜਦੋਂ ਪੁੱਤ ਦੇ ਨਾਂ ਦੀ ਗੱਲ ਚੇਤੇ ਆਉਂਦੀ ਆ, ਅਤੇ ਜਿਹਦਾ ਜਵਾਨ ਪੁੱਤ ਉਸ ਦੁਨੀਆ 'ਤੇ ਚਲ ਜਾਏ, ਉਸ ਮਾਂ 'ਤੇ ਕੀ ਬੀਤਦੀ ਹੋਊਗੀ? 18 ਸਾਲਾਂ ਜਵਾਨ ਪੁੱਤ ਪਾਲ ਪੋਸ ਕੇ ਵੱਡਿਆ ਕੀਤਾ ਸੀ ਵੀ ਸ਼ਾਇਦ ਵੱਡਿਆ ਹੋ ਕੇ ਸਾਡਾ ਸਹਾਰਾ ਬਣੂਗਾ ਬੁਢਾਪੇ ਵਿੱਚ, ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਹਨੇ ਅੱਧ ਵਿਚਾਲੇ ਛੱਡ ਕੇ ਚਲੇ ਜਾਣਾ। ਹੁਣ ਜਦੋਂ ਵੀ ਕਿਤੇ ਇੱਥੇ ਇਕੱਲਿਆਂ ਬੈਠੇ ਹੁੰਦੇ ਨੇ ਅਤੇ ਫਿਰ ਮਨ ਕਿੰਨੀ ਕੁ ਉਦਾਸ ਹੁੰਦਾ, ਜਦੋਂ ਨਹੀਂ ਸੀ ਗਾਹਕ ਆਉਂਦਾ ਜਾਂ ਉਸ ਟਾਈਮ 'ਤੇ ਫਿਰ ਵਿਸ਼ਾਲ ਦੀ ਕਿੰਨੀ ਕੁ ਯਾਦ ਆਉਂਦੀ ਆ? ਬਹੁਤ ਯਾਦ ਆਉਂਦੀ ਹੈ ਜੀ ਉਹਦੀ, ਪਰ ਅਸੀਂ ਹੁਣ ਕਰਕੇ ਹੀ ਸਕਦੇ ਹਾਂ ਕਿੰਨਾ ਦੱਸ ਵੀ ਅੱਜ ਉਹ ਹੁੰਦਾ ਅਤੇ ਅੱਜ ਉਹ ਉੱਥੇ ਇੱਥੇ ਬੈਠਾ ਹੁੰਦਾ ਅਤੇ ਮੈਂ ਆਪਣਾ ਘਰ ਹੁੰਦੀ, ਪਰ ਨਹੀਂ
ਜਦੋਂ ਦਿਨ ਤਿਆਰ ਹੁੰਦਾ ਵਾ ਜਿਵੇਂ ਰੱਖੜੀ ਆ ਗਈ ਜਾਂ ਕੋਈ ਨਵਾਂ ਸਾਲ ਆ ਗਿਆ ਉਸ ਟਾਈਮ ਤੇ ਫਿਰ ਵਿਸ਼ਾਲ ਦੀ ਕਿੰਨੀ ਯਾਦ ਆਉਂਦੀ ਹੈ ਜਿਵੇਂ ਦੱਸਦੇ ਆ ਵੀ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਠੀਕ ਹੈ ਨਾ ਬੜੀਆਂ ਮਿੰਨਤਾਂ ਕਰਕੇ ਲਿਆ ਹੋਊਗਾ ਰੱਬ ਕੋਲ ਬੜੀਆਂ ਅਰਦਾਸਾਂ ਕਰਕੇ ਲਿਆ ਹੋਊਗਾ ਰੱਬ ਕੋਲ ਹਾਂਜੀ ਯਾਦ ਤੇ ਬਹੁਤ ਆਉਂਦੀ ਹੈ ਦਿਵਾਲੀ ਵਾਲੇ ਦਿਨ ਪੂਰਾ ਹੋਇਆ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਪੂਰਾ ਹੋਇਆ ਸੀ ਸਾਡਾ ਬੱਚਾ ਬਸ ਜਦੋਂ ਦਿਵਾਲੀ ਆਉਂਦੀ ਹੈ ਸਾਡੇ ਵਾਸਤੇ ਤਾਂ ਹਨੇਰਾ ਹੀ ਹੈ ਲੋਕਾਂ ਦੇ ਘਰਾਂ 'ਚ ਦਿਵਾਲੀ ਹੁੰਦੀ ਹੈ ਸਾਡਾ ਸਾਡੇ ਵਾਸਤੇ ਤਾਂ ਹਨੇਰਾ ਹੀ ਹੈ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਮਾਂ ਦਾ ਕੀ ਹਾਲਾਤ ਹੋਣਗੇ ਮਾਂ ਦਾ ਕਹਿਣਾ ਵੀ ਦਿਵਾਲੀ ਵਾਲੇ ਦਿਨ ਤੁਸੀਂ ਦੇਖ ਸਕਦੇ ਹੋ ਵੀ ਦਿਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਕਿ ਇਹਨਾਂ ਦਾ ਬੱਚਾ ਪੂਰਾ ਹੋਇਆ ਸੀ ਅਤੇ ਕਹਿਣਾ ਉਹਦਾ ਕਹਿਣਾ ਵੀ ਹਮੇਸ਼ਾ ਹੀ ਜਦੋਂ ਕਿਤੇ ਦਿਵਾਲੀ ਆਉਂਦੀ ਆ ਲੋਕਾਂ ਦਾ ਭਾਵੇਂ ਚਾਅ ਹੋਊਗਾ ਲੋਕਾਂ ਦੀ ਭਾਵੇਂ ਦਿਵਾਲੀ ਜਾਂ ਲੋਕਾਂ ਦੀ ਚਾਨਣ ਹੋਊਗਾ ਪਰ ਸਾਡੇ ਵਾਸਤੇ ਹਨੇਰਾ ਵਾ ਅਤੇ ਅੱਜ ਕਿੰਨੇ ਸਾਲ ਹੋ ਗਏ ਨੇ ਵਿਸ਼ਾਲ ਨੂੰ ਗਏ ਨੂੰ ਹਾਂਜੀ 5 ਸਾਲ ਹੋ ਗਏ ਆ ਜੀ ਹਾਂਜੀ ਅਤੇ ਕਿੰਨਾ ਮਨ 'ਚ ਸੋਚਿਆ ਸੀ ਵੀ ਵਿਸ਼ਾਲ ਵੱਡਿਆ ਹੋਊਗਾ ਬੜੀਆਂ ਮਾਂ ਨੂੰ ਆਸਾਂ ਹੁੰਦੀਆਂ ਨੇ ਵੀ ਪੁੱਤ ਦਾ ਵਿਆਹ ਕਰਾਂਗੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਮਾਂ ਜਿਹੜੀ ਪੀਊਗੀ ਕਿਉਂਕਿ ਹਰ ਇੱਕ ਮਾਂ ਨੂੰ ਇਹ ਆਸ ਹੁੰਦੀ ਆ ਵੀ ਉਸਦੇ ਪੁੱਤ ਦਾ ਸਿਰਾ ਲਾ ਕੇ ਉਹਨੂੰ ਜਿਹੜਾ ਕਿ ਵਿਆਹ ਕੀਤਾ ਜਾਵੇ ਜਾਂ ਸਿਰਾ ਲਾ ਕੇ ਉਹਦਾ ਪੁੱਤ ਘੋੜੀ ਚੜੇ ਤੁਹਾਨੂੰ ਬੜੀ ਆਸਾਂ ਹੋਣਗੀਆਂ ਪੁੱਤ ਤੋਂ ਹੈਗੀਆਂ ਸੀ ਜੀ ਪਰ ਰੀਝਾਂ ਸਾਰੀਆਂ ਮਨ ਦੇ ਵਿੱਚ ਮਨ 'ਚ ਹੀ ਰਹਿ ਗਈਆਂ ਹੁਣ ਅਸੀਂ ਹਾਂਜੀ ਕੀ ਮਨ 'ਚ ਆਸਾ ਸੀ ਜਦੋਂ ਵੱਡਿਆ ਹੋਇਆ ਸੀ ਘਰੇ ਗੱਲਾਂ ਵੀ ਕਰਦੇ ਹੋ ਕੇ ਦਰਸ਼ਕਾਂ ਜੂ ਸਾਂਝਾ ਕਰਦੇ ਹੋ ਕੀ ਗੱਲਾਂ ਕਰਦੀਆਂ ਸੀ ਭੈਣਾਂ ਕਿਸ ਤਰ੍ਹਾਂ ਕਹਿੰਦੀਆਂ ਸੀ ਆਪਣੇ ਭਰਾ ਦਾ ਕਿਸ ਤਰ੍ਹਾਂ ਦਾ ਵਿਆਹ ਕਰਨਾ ਵਾ ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਭਰਾ ਨੂੰ ਅਜੇ ਵਿਆਹ ਬਾਰੇ ਤਾਂ ਉਹਦੇ ਸੋਚਿਆ ਨਹੀਂ ਸੀ ਛੋਟਾ ਸੀ ਹਾਂਜੀ ਅਜੇ ਤਾਂ ਉਹਦੇ ਵਿਆਹ ਬਾਰੇ ਕੁਛ ਸੋਚਿਆ ਨਹੀਂ ਸੀ ਅਸੀਂ ਪਰ ਇਹ ਆ ਵੀ ਰੀਝਾਂ ਦੇ ਚਲੋ ਮਨ ਦੇ ਹਾਂਜੀ ਰੀਝਾਂ ਦੇ ਚਲੋ ਮਨ ਦੇ ਵਿੱਚ ਹੁੰਦੀਆਂ ਮੈਂ ਭੈਣਾਂ ਦੇ ਵੀ ਹੁੰਦੀਆਂ ਹੈਗੀਆਂ ਸੀ ਹਾਂਜੀ ਮੇਰੇ ਵੀ ਮਨ ਦੇ ਵਿੱਚ ਹੈਗੀਆਂ ਸੀ ਪਰ ਹੁਣ ਅਸੀਂ ਹੱਥ ਖਾਲੀ ਕਰਕੇ ਬੈਠੇ ਹੋਏ ਹਾਂ ਹਾਂਜੀ ਕਦੀ ਰੱਬ ਨਾਲ ਕਦੀ ਨਾਰਾਜ਼ਗੀ ਹੁੰਦੀ ਆ ਕਦੀ ਰੱਬ ਨਾਲ ਕਦੀ ਗੁੱਸਾ ਗਿਲਾ ਹੁੰਦਾ ਚੀਜ਼ ਦਾ ਵੀ ਰੱਬਾ ਸਾਡਾ ਕੀ ਕਸੂਰ ਸੀ ਜਾਂ ਸਾਡਾ ਇਕੱਲਾ ਇਕੱਲਾ ਪੁੱਤ ਸੀ ਕਿਉਂ ਦੁਨੀਆਂ 'ਤੇ ਲੈ ਗਿਆ ਸਾਡਾ ਬੁਢਾਪੇ ਵਿੱਚ ਸਹਾਰਾ ਬਣਨਾ ਸੀ ਉਸ ਪੁੱਤ ਨੇ ਅਜੇ ਤਿੰਨਾਂ ਭੈਣਾਂ ਦਾ ਭਰਾ ਜਿਹੜਾ ਸੀ ਉਹਨੇ ਸਹਾਰਾ ਬਣਨਾ ਸੀ ਭੈਣਾਂ ਦਾ ਜਦੋਂ ਕਿਤੇ ਰੱਖੜੀ ਆਉਂਦੀ ਆ ਕਿਤੇ ਲੋਹੜੀ ਆਉਂਦੀ ਆ ਅਤੇ ਆਪਣੇ ਭੈਣਾਂ ਕੋਲ ਜਾਇਆ ਕਰਨਾ ਸੀ ਸਾਰੀਆਂ ਭੈਣਾਂ ਨੂੰ ਉਡੀਕ ਹੁੰਦੀ ਆ ਉਹਨਾਂ ਦੀ ਭੈਣਾਂ ਨੂੰ ਵੀ ਉਡੀਕ ਹੋਊਗੀ ਕਦੀ ਇਹ ਮਨ 'ਚ ਵਿਚਾਰ ਆਇਆ ਕਦੀ ਹਾਂਜੀ ਆਉਂਦਾ ਵਾ ਮਨ ਦੇ ਵਿੱਚ ਵਿਚਾਰ ਕੁੜੀਆਂ ਉਦਾਸ ਹੋ ਜਾਈਦਾ ਅਸੀਂ ਵੀ ਕੁੜੀਆਂ ਵੀ ਉਦਾਸ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਦਰਦ ਭਰੀ ਕਹਾਣੀ ਹੈ ਇਸ ਮਾਂ ਦੀ ਰਹੀਨੀ ਨਾਂ ਹੈ ਇਹਨਾਂ ਦਾ ਅਤੇ ਜਵਾਨ ਪੁੱਤ ਜਿਹੜਾ ਕਿ ਜਿਸ ਦਾ ਨਾਂ ਵਿਸ਼ਾਲ ਆ ਇਸ ਦੁਨੀਆਂ 'ਤੇ ਚਲ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਦੁਨੀਆ ਵਾ ਕਹਿ ਲਓ ਵੀ ਖਤਮ ਹੋ ਗਈ ਇੱਕ ਹਿਸਾਬ ਦੀ ਕਿਉਂਕਿ ਜਿਹਦਾ ਜਵਾਨ ਪੁੱਤ ਦੁਨੀਆਂ 'ਤੇ ਚਲ ਜਾਏ ਉਹ ਮਾਂ ਬਾਪ ਦਾ ਕੀ ਸਹਾਰਾ ਬਣਨਾ ਵਾ ਉਸ ਮਾਂ ਬਾਪ ਦਾ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਰੇਹੜੀ ਆ ਇਹ ਭੈਣ ਜਿਹੜੀ ਆ ਅੰਮ੍ਰਿਤਸਰ ਦੇ ਕੋਟਮੇਰ ਸਿੰਘ ਜਿਹੜਾ ਕਿ ਨਹਿਰ ਦੇ ਕੋਲ ਆ ਉੱਥੇ ਆ ਕੇ ਲਾਉਂਦੇ ਨੇ ਅਤੇ ਸਾਈ ਦੀ ਅੱਜ ਵਿੱਚ ਭੈਣ ਦਾ ਕਹਿਣਾ ਵੀ ਹੁਣ 4-5 ਵੱਜ ਚੱਲੇ ਨੇ ਸਾਈ ਦੀ ਅੱਜ 200 ਰੁਪਇਆ ਬਣਿਆ ਵਾ ਅਤੇ ਮੈਨੂੰ ਇਸ ਭੈਣ 200 ਰੁਪਏ ਦੇ ਨਾਲ ਫਿਰ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਧੀਆਂ ਵੀ ਘਰੇ ਕਿਉਂਕਿ ਧੀ ਬੈਠੀ ਆ ਅੱਗਾ ਬੱਚੇ ਵੀ ਪਾਲਣ ਵਾਸਤੇ ਆ ਹਾਂਜੀ ਗੁਜ਼ਾਰਾ ਤਾਂ ਨਹੀਂ ਆ ਹੁਣ ਕੀ ਕਰ ਸਕਦੇ ਹਾਂ ਮਹਾਰਾਜ ਨੇ ਜਿੰਨਾ ਕੁ ਦੇਣਾ ਓਨਾ ਕੀ ਦੇਣਾ ਵਾ ਹਾਂਜੀ ਗੁਜ਼ਾਰਾ ਤਾਂ ਨਹੀਂ ਆ ਚਲੋ ਅਸੀਂ ਇਹੋ ਹੀ ਕਹਿੰਦੇ ਹਾਂ ਵੀ ਚਲੋ ਸਾਡੇ ਆ ਕੰਮ ਚੱਲੇ ਮਤਲਬ ਅਸੀਂ ਮਿਹਨਤ ਕਰਨ ਆਉਂਦੇ ਹਾਂ ਸਾਨੂੰ ਮਿਹਨਤ ਦਾ ਫਲ ਮਿਲੇ ਹਾਂਜੀ ਸਾਡੇ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਜਦੋਂ ਕਿਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਓ ਅਤੇ ਭੈਣ ਜਿਹੜੀ ਜਿਸ ਨਾਲ ਰਜਨੀ ਆ ਇਹਨਾਂ ਕੋਲ ਆ ਕੇ ਕੁਛ ਨਾ ਕੁਛ ਜ਼ਰੂਰ ਆ ਕੇ ਖਾਇਆ ਕਰੋ ਜਾਂ ਜ਼ਰੂਰ ਨਾ ਕੁਛ ਨਾ ਕੁਛ ਲਿਆ ਕਰੋ ਤਾਂ ਜੋ ਕਿ ਇਹਨਾਂ ਜੀ ਦੀ ਰੋਜ਼ੀ ਰੋਟੀ ਚੱਲ ਸਕੇ ਕਿਉਂਕਿ ਤੁਹਾਡੇ ਸਾਰੇ ਭੈਣ ਜਿਹੜੀ ਆ ਬੜੀ ਆਸ ਦੇ ਨਾਲ ਬੜੀ ਮਨ ਵਿੱਚ ਆਸ ਸੋਚਦੇ ਨੇ ਵੀ ਅੱਜ ਜੈ ਸ਼ਾਇਦ ਜਾਵਾਂਗੇ ਅੱਜ ਚੰਗੀ ਦਿਹਾੜੀ ਬਣੇਗੀ ਅੱਜ ਚੰਗਾ ਮੁਨਾਫਾ ਹੋਊਗਾ ਪਰ ਕਈ ਵਾਰੀ ਭੈਣ ਦਾ ਕਹਿਣਾ ਵੀ ਖਾਲੀ ਹੱਥੀ ਮੁੰਡਾ ਪੈਂਦਾ ਇਸੇ ਤਰ੍ਹਾਂ ਜਿਹੜਾ ਸਮਾਨ ਆ ਉਹ ਕਈ ਵਾਰ ਸਾਨੂੰ ਸੁੱਟਣਾ ਵੀ ਪੈਂਦਾ ਵਾ ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਅਜਿਹੇ ਲੋਕਾਂ ਕੋਲ ਕੁਛ ਨਾ ਕੁਛ ਜ਼ਰੂਰ ਲੈ ਕੇ ਖਾਇਆ ਕਰੋ ਜਾਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਦੇਖਦੇ ਹਾਂ ਵੀ
ਪਹਿਲਾਂ ਹੀ ਜਿਹੜਾ ਇਨਸਾਨ ਆ ਘਰ ਦੀ ਗਰੀਬੀ ਕਰਕੇ ਘਰਾਂ ਦੀਆਂ ਮਜ਼ਬੂਰੀਆਂ ਕਰਕੇ ਜਿਹੜਾ ਉਹਨਾਂ ਨੂੰ ਨਿਕਲਣਾ ਪੈਂਦਾ ਵਾ, ਕਿਹਦਾ ਜੀ ਕਰਦਾ ਵੀ ਇੰਨੀ ਸੁੱਖ 'ਤੇ ਉੱਠ ਕੇ ਘਰੋਂ ਕੰਮ ਕਾਰ 'ਤੇ ਨਿਕਲੀਏ ਜਾਂ ਇੱਥੇ ਬਹੀਏ। ਤੁਸੀਂ ਦੇਖ ਸਕਦੇ ਹੋ ਵੀ ਭੈਣ ਦਾ ਕਹਿਣਾ ਜਿਵੇਂ ਇਹਨਾਂ ਦਾ ਜਵਾਨ ਪੁੱਤ ਜਿਹੜਾ ਕਿ ਜਿਸਦਾ ਨਾਮ ਵਿਸ਼ਾਲ ਆ ਉਹ ਦੁਨੀਆਂ ਤੋਂ ਚੱਲ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਦੁੱਖਾਂ ਦਾ ਜਿਹੜਾ ਕਿ ਪਹਾੜ ਟੁੱਟ ਗਿਆ। ਪਰ ਮਾਤਾ ਜੀ ਕੀ ਸੋਚਦੇ ਹੋ ਇਸ ਚੀਜ਼ ਨੂੰ ਭੈਣ ਜੀ ਵੀ ਜਦੋਂ ਵਿਸ਼ਾਲ ਹੋਊਗਾ ਜਾਂ ਅੱਜ ਹੁੰਦਾ ਤਾਂ ਸਾਨੂੰ ਸ਼ਾਇਦ ਕੰਮ ਨਾ ਕਰਨਾ ਪੈਂਦਾ? ਹਾਂਜੀ, ਸੋਚੀਦਾ ਤਾਂ ਹੈਗਾ ਵਾ ਵੀ ਉਹ ਅੱਜ ਹੁੰਦਾ ਅਤੇ ਉਹ ਅੱਜ ਮਤਲਬ ਕੰਮ ਕਰਦਾ ਹੁੰਦਾ ਅਤੇ ਅਸੀਂ ਆਪਣੇ ਘਰ ਵਿੱਚ ਬੈਠੇ ਹੁੰਦੇ ਅਤੇ ਉਹ ਸਾਨੂੰ ਲਿਆ ਕੇ ਕਮਾ ਕੇ ਖਵਾਉਂਦਾ। ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਤੇ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਅੰਮ੍ਰਿਤਸਰ ਦੇ ਕੋਟ ਮਿਤ ਸਿੰਘ ਦੀ ਆ, ਜਿਹਦਾ ਕਿ ਇਹ ਭੈਣ ਜਿਹੜੀ ਕਿ ਚੋਲ ਛੋਲਿਆਂ ਦਾ ਕੰਮ ਕਰਦੀ ਆ ਰਹੀ ਆ ਅਤੇ ਘਰਾਂ ਦੀਆਂ ਮਜ਼ਬੂਰੀਆਂ ਕਰਕੇ ਇਹ ਭੈਣ ਨੂੰ ਜਿਹੜਾ ਕਿ ਘਰੋਂ ਨਿਕਲਣਾ ਪਿਆ ਵਾ। ਅਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਲਾਗੇ ਸਰਦਾਰ ਜੀ ਉਹਨਾਂ ਨੂੰ ਗੱਲਬਾਤ ਕਰਦੇ ਹਾਂ। ਸਰਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਭੈਣ ਕਿੰਨੀ ਕੁ ਮਿਹਨਤ ਕਰਕੇ ਅਸੀਂ ਦੇਖਿਆ ਰੇਹੜੀ ਲੈ ਕੇ ਖੁਦ ਚਾਹੁੰਦੀ ਆ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗੇ ਬਹੁਤ ਵਧੀਆ ਗੱਲ ਆ ਵੀ ਮਤਲਬ ਹੁਣ ਮਿਹਨਤ ਇੰਨੀ ਵਿਚਾਰੀ ਕਰਦੀ ਆ, ਸਵੇਰ ਤੋਂ ਆਣ ਕੇ ਸਵੇਰੇ ਤੜਕੇ ਉੱਠ ਕੇ ਸਾਰੇ ਛੋਲੇ ਛੋਲੇ ਤਿਆਰ ਤਿਉਰ ਕਰਕੇ ਫਿਰ ਲਿਆ ਕੇ ਅਤੇ ਮਤਲਬ ਵੇਚਣੇ, ਇਹ ਬਹੁਤ ਵੱਡੀ ਮਤਲਬ ਗੱਲ ਹੈਗੀ ਆ। ਹਾਂ ਦੇਖਿਆ ਭੈਣ ਦਾ ਕਹਿਣਾ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵਾ ਵੀ ਕਈ ਵਾਰੀ ਵਾਹੁਣੀ ਵੀ ਨਹੀਂ ਤੱਕ ਹੁੰਦੀ, ਕਈ ਵਾਰੀ ਇਸ ਤਰ੍ਹਾਂ ਖਾਲੀ ਜਾਣਾ ਪੈਂਦਾ, ਹੁਣ ਵੀ 4 ਵੱਜ ਗਏ ਨੇ ਅਤੇ ਭੈਣ ਦਾ ਕਹਿਣਾ ਸਿਰਫ 200 ਰੁਪਇਆ ਸਾਈਜ਼ ਦੇ ਵੱਟਿਆ ਵਾ, ਹੈ ਕਿ ਲੱਗਦਾ ਨਹੀਂ ਇੰਨੀ ਠੰਡ ਦੇ ਬਾਵਜੂਦ ਵੀ ਜਿਹੜਾ ਇੱਥੇ ਇੰਨਾ ਕੰਮ ਕਾਰ ਨਹੀਂ ਹੈਗਾ, ਕਿਸ ਤਰ੍ਹਾਂ ਦੇਖਦੇ ਹੋ? ਕੰਮ ਕਾਰ ਇਹਦਾ ਵੀ ਇੰਨਾ ਇਕੱਲਿਆਂ ਦਾ ਨਹੀਂ, ਸਾਰੇ ਵੀ ਦੁਕਾਨਦਾਰ ਵੀਰ ਭਰਾ ਮਤਲਬ ਜਿੰਨੇ ਵੀ ਗਏ ਨਾ ਕਿਸੇ ਦਾ ਵੀ ਨਹੀਂ ਇਸ ਵੇਲੇ ਉਹ ਕੰਮ ਹੈਗਾ, ਕਿਉਂਕਿ ਠੰਡ ਕਰਕੇ ਨਾ ਬਹੁਤ ਕਾਫੀ ਫਰਕ ਪਿਆ ਆ, ਦੁਕਾਨਦਾਰ ਵੀ ਕਈ ਵਾਰੀ ਇੱਦਾਂ ਹੀ ਚਲੇ ਜਾਂਦੇ ਆ। ਹਾਂਜੀ, ਲੱਗਦਾ ਨਹੀਂ ਵੀ ਜਿਹੜੇ ਬੜੇ ਆਸ ਦੇ ਨਾਲ ਘਰੋਂ ਨਿਕਲਦੇ ਨੇ ਵੀ ਸ਼ਾਇਦ ਅੱਜ ਦਿਹਾੜੀ ਬਣੂਗੀ, ਕਿਉਂਕਿ ਪਰਿਵਾਰ ਦੀ ਰੋਜ਼ੀ ਰੋਟੀ ਹੁੰਦੀ ਆ, ਪਰਿਵਾਰ ਦੇ ਵਿੱਚ ਘਰ ਦੇ ਜੀ ਖਾਣ ਵਾਲੇ ਹੁੰਦੇ ਨੇ, ਬੜਾ ਮਨ 'ਚ ਆਸਾਂ ਹੁੰਦੀਆਂ ਨੇ ਵੀ ਅੱਜ ਦਿਹਾੜੀ ਬਣੂਗੀ ਚੰਗੀ, ਸ਼ਾਇਦ ਘਰ ਆ ਕੇ ਰਾਸ਼ਨ ਲੈ ਕੇ ਜਾਵਾਂਗੇ ਜਾਂ ਹੋਰ ਬੱਚਿਆਂ ਵਾਸਤੇ ਲੈ ਕੇ ਜਾਵਾਂਗੇ। ਵੇਖੋ ਜੀ, ਪਰਮਾਤਮਾ ਦੇ ਅੱਗੇ ਤਾਂ ਸਾਰਿਆਂ ਨੂੰ ਆਸ ਆ, ਉਹਦੇ ਉੱਤੇ ਮਤਲਬ ਭਰੋਸਾ ਵਾ ਪਰਮਾਤਮਾ ਉੱਤੇ ਵੀ ਸਭ ਨੂੰ ਆਸ ਹੁੰਦੀ ਆ ਵੀ ਹਰ ਕਾਰੋਬਾਰ ਚੱਲੇ, ਚੰਗੀ ਸੇਲ ਹੋਵੇ, ਚੰਗਾ ਗਾਹਕ ਨਿਕਲੇ, ਚੰਗਾ ਪੈਸਾ ਧੇਲਾ ਵੱਟਿਆ ਜਾਵੇ ਅਤੇ ਗਾਂਹ ਵੀ ਦੁਕਾਨਦਾਰ ਸੌਦਾ ਲਿਆਉਣ ਵਾਲਾ ਬਣਦਾ ਵਾ। ਅਸੀਂ ਤਾਂ ਕਹਿੰਦੇ ਹਾਂ ਵੀ ਉਹਦੀ ਕਿਰਪਾ ਦੇ ਨਾਲ ਸਾਰਿਆਂ ਦੇ ਕਾਰੋਬਾਰ ਚੱਲਣੇ ਚਾਹੀਦੇ ਆ। ਹਾਂ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੇ ਸਰਦਾਰ ਜੀ ਨੇ ਬਿਲਕੁਲ ਨਾਲ ਦੀ ਦੁਕਾਨ ਆ, ਇਹਨਾਂ ਦਾ ਕਹਿਣਾ ਵੀ ਕੰਮ ਕਾਰ ਦੇ ਅਜਿਹੇ ਹਾਲਾਤ ਨੇ, ਸਾਰੇ ਦੁਕਾਨਾਂ ਦਾ ਕੰਮ ਕਾਰ ਐਡਾ ਕੁ ਵਧੀਆ ਨਹੀਂ ਕੰਮ ਕਾਰ, ਪਰ ਫਿਰ ਵੀ ਇਸ ਭੈਣ ਨੂੰ ਸਲੂਟ ਆ, ਇਸ ਭੈਣ ਨੂੰ, ਇਸ ਭੈਣ ਦੇ ਹਿੰਮਤ ਨੂੰ, ਇਸ ਭੈਣ ਦੇ ਜਜ਼ਬੇ ਨੂੰ ਸਲੂਟ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਵੀ ਮਿਹਨਤ ਦੇ ਵਿੱਚ ਮਿਹਨਤ ਕਰਦੇ ਨੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ। ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ, ਸਪੋਰਟ ਕਰੋ ਤਾਂ ਜੋ ਕਿ ਇਹਨਾਂ ਦਾ ਕੰਮ ਕਾਰ ਚੱਲ ਸਕੇ ਅਤੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਚੰਗੇ ਹੋ ਸਕਣ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।